ਪੰਥ ਖਾਲਸਾ ਸਾਜ ਚੱਲੇ ਆ। ਇਹ ਪੰਥ ਖਾਲਸਾ ਆਉਣ ਵਾਲੇ ਸਮੇਂ ਵਿੱਚ ਮਜ਼ਲੂਮਾਂ ਦੀ ਰਾਖੀ ਕਰੇਗਾ। ਜਿਸ ਵੇਲੇ ਕਿਹੜੇ ਚੋ
ਭਰ ਭਰ ਕੇ ਜਾ ਰਹੇ, ਗੱਡੇ ਭਰ ਭਰ ਕੇ ਕਹਿੰਦੇ ਦੀਨ ਅਮਾਨ ਡੋਲ ਗਿਆ।
ਸੀਨ ਲਿਆਓ ਖਾਓ ਲਿਆਓ ਆਪਣੀਆਂ ਅੱਖਾਂ ਕੇ ਸੀਨ ਬਾਰ ਬਾਰ ਚ ਪੈਂਦੀ ਆ ਪੋਹ ਦਾ ਮਹੀਨਾ ਉਹ ਠਰੂ ਠਰੂ ਕਰਦੇ ਰੁੱਖ ਠਰੂ ਠਰੂ ਕਰਦੀ ਦੁਨੀਆ ਠਰੂ ਠਰੂ ਕਰਦੇ ਜੀਵ ਜੰਤੂ ਅੱਜ ਠੰਡਾ ਮੌਸਮ ਉੱਤੋਂ ਮੀਂਹ ਪੈਂਦਾ ਤੇ ਗੁਰੂ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਨਾਲ ਲੈ ਕੇ ਅਰਦਾਸਾਂ ਸੋਧ ਕੇ ਕਹਿੰਦੇ ਅਨੰਦਪੁਰੀਏ ਮੈਂ ਤਾਂ ਜਾ ਰਿਹਾ ਹੁਣ ਮੈਂ ਸਰੀਰ ਕਰਕੇ ਨੀ ਮੁੜ ਕੇ ਆਉਣਾ ਪਤਾ ਸੀ ਗੁਰੂ ਗੋਬਿੰਦ ਸਿੰਘ ਨੂੰ ਮੁੜ ਕੇ ਮੈਂ ਅਨੰਦਪੁਰ ਨਹੀਂ ਆਉਣਾ ਅਨੰਦਪੁਰ ਤਾਂ ਕਈ ਵਾਰੀ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਛੱਡ ਕੇ ਗਏ ਮੌਂਡਾ ਭੰਗਾਣੀ ਗਏ ਪਰ ਕਦੀ ਇਹ ਨਹੀਂ ਸੀ ਕਿ ਅਨੰਦਪੁਰੀਏ ਮੈਂ ਹੁਣ ਨਹੀਂ ਆਉਣਾ ਸਮਿਆ
ਅੱਜ ਖਾਲਸੇ ਨੂੰ ਲੰਘ ਜਾਣਗੇ। ਅੱਜ ਦੀ ਰਾਤ ਖਾਲਸੇ ਤੇ ਕਹਿਰ ਦੀ ਰਾਤ ਗਿਣੀ ਜਾਏਗੀ। ਇੰਨੀ ਗੱਲ ਕਹਿ ਕੇ ਸਤਿਗੁਰੂ ਕਹਿੰਦੇ ਅੱਗੇ ਕੋ ਤੜਾਂਗ ਪਿੱਛੇ ਨਾ ਫਿਰ ਮੁੜ। ਕੋਈ ਬਜ਼ੁਰਗ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਸੇਵਾ ਪ੍ਰਵਾਨ ਕਰ ਲਈ ਪਰ ਮੈਂ ਅੱਗੇ ਨਹੀਂ ਜਾ ਸਕਦਾ, ਮੈਨੂੰ ਪਾਣੀ ਲੋੜ ਕੇ ਲੈ ਚੱਲਿਆ ਈ ਪਾਤਸ਼ਾਹ ਮੇਰੀ ਸੇਵਾ ਪ੍ਰਵਾਨ ਕਰ ਲਈ, ਅੱਜ ਮੈਂ ਤੇਰੇ ਤੋਂ ਵਿਛੜ ਚੱਲਿਆ ਕਰਦਾ। ਤੇ ਮਹਾਰਾਜ ਨੇ ਘੋੜੇ ਤੇ ਬੈਠਿਆ ਮੁੜ ਕੇ ਪਿੱਛੇ ਨੂੰ ਵੇਖਿਆ, ਜਦੋਂ ਘੋੜੇ ਤੇ ਬੈਠਿਆ ਪਿੱਛੇ ਨੂੰ ਮੁੜ ਕੇ ਵੇਖਿਆ ਸੱਜੇ ਪਾਤਸ਼ਾਹ ਦੇ ਅੱਖਾਂ ਸਾਹਮਣੇ ਉਹ ਬਜ਼ੁਰਗ ਸਿੱਖ ਰੁੜਦੇ ਜਾਂਦੇ ਆ, ਘੋੜੇ ਰੁੜਦੇ ਜਾਂਦੇ, ਸਮਾਨ ਰੁੜਦਾ ਜਾਂਦਾ। ਅੱਖਾਂ ਸਾਹਮਣੇ ਕਲਗੀਆਂ ਵਾਲੇ ਜਾਨੋ ਪਿਆਰੇ ਸਿੱਖ ਮਹਾਂ ਦਾ ਕਿਲੇ ਚੋਂ ਨਿਕਲ ਰਿਹਾ, ਇੱਥੇ ਫਿਰ ਮੌਤ ਆ ਗਈ ਅੱਗੇ, ਪਰ
ਸਰਸਾ ਨਦੀ ਤੇ ਜਾਣ ਰੋਕ ਕੇ ਖਲੋ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਿਸੇ ਚੰਗੀ ਜਗ੍ਹਾ ਤੇ ਚਲੇ ਜਾਣਾ। ਸਤਿਗੁਰੂ ਸਿੰਘਾਂ ਨੂੰ ਨਾਲ ਲੈ ਕੇ
ਕਿਸੇ ਨੇ ਫਿਰ ਜਾ ਕੇ ਦੱਸਿਆ ਸੱਜੇ ਪਾਤਸ਼ਾਹ ਇਹ ਤਾਂ ਫੌਜ ਕੁਝ ਵੀ ਨਹੀਂ, ਔਰੰਗਜ਼ੇਬ ਦੀ ਫੌਜ ਦਿੱਲੀਓਂ ਆ ਰਹੀ ਕਈ ਲੱਖ ਫੌਜ। ਨਾਰ ਖਾਂ ਨਾਰੇ ਲਾਉਂਦਾ ਹੁੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲਿਆਉਣਾ, ਸੱਜੇ ਪਾਤਸ਼ਾਹ ਫੌਜ ਬੜੀ ਆ ਰਹੀ ਹੈ। ਹੁਣ ਆਪਣੇ ਆਪ ਨੂੰ ਅੰਦਰ ਝਾਤੀ ਮਾਰ ਕੇ ਵੇਖਿਓ, ਸਾਡੇ ਵਰਗਾ ਹੁੰਦਾ ਤੇ ਕਹਿੰਦਾ ਦਿਆ ਸਿੰਘਾ ਘੋੜੇ ਭਜਾ ਲਓ ਜਿਵੇਂ ਭੱਜਦੇ ਆ, ਪਰ ਮਾਰੇ ਨੇ ਕਿਹਾ ਦਿਆ ਸਿੰਘਾ ਫੌਜ ਨਾਲ ਮੁਕਾਬਲਾ ਕਰਨਾ ਆਪਾਂ ਖਤਨਾ ਆਪ ਸਹੀ। ਉਹ ਵੇਖੋ 43 ਜਾਣੇ, ਕਿਸੇ ਨੇ 45 ਲਿਖੇ ਕਿਸੇ ਨੇ 43 ਲਿਖੇ, 43 ਜਾਣੇ ਦੂਜੇ ਪਾਸੇ ਲੱਖਾਂ ਫੌਜਾਂ, ਪਰ ਇਹਨਾਂ ਦਾ ਹੌਸਲਾ ਕਿੰਨਾ ਬੁਲੰਦ ਹੈ, 10 ਲੱਖ ਫੌਜ ਦੇ ਮੂਹਰੇ ਭੱਜੇ ਨੀ, ਕਹਿੰਦੇ ਅੜ ਕੇ ਰਲਾਂਗੇ ਖਤਨਾ ਆਪ ਸਹੀ। ਤੁਸੀਂ ਅਭਿਆਸ ਸਾਰਾ ਜਾਣਦੇ ਹੋ, ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ ਤੇ ਆਪ ਸੱਚੇ ਪਾਤਸ਼ਾਹ ਫਿਰ ਖਾਲਸੇ ਪੰਥ ਦਾ ਹੁਕਮ ਵਜਾ ਕੇ ਤੇ ਪਿਆਰਿਓ ਮਾਛੀ ਵੜ ਦੇ ਜੰਗਲਾਂ ਨੂੰ ਜਾਂਦੇ ਨੇ। ਇਹ ਮੈਂ ਸੰਖੇਪ ਚ ਬੇਨਤੀ ਤਾਂ ਕੀਤੀ ਕਿਉਂਕਿ ਮੈਂ ਛੋਟੇ ਸਾਹਿਬਜ਼ਾਦਾ ਦੇ ਆਸਾਂ ਚ ਪਾਉਣਾ ਛੋਟੇ ਸਾਹਿਬਜ਼ਾਦਿਆਂ ਦਾ। ਕਹਿੰਦੇ ਸਰਸਾ ਨਦੀ ਤੋਂ ਤੁਰੇ ਪਿਛੜ ਕੇ ਤੁਰੇ ਸਾਹਿਬਜ਼ਾਦੇ ਪੁੱਛਦੇ ਆ ਮਾਂ ਸਮਾਨ ਲਾਉਂਦਾ ਨਾ ਖੰਜਰ ਤੋਂ ਸਮਾਨ, ਉਦੋਂ ਫਿਰ
ਨਿਗਾਹ ਪਈ ਮੋਹਰਾ ਵਾਲੀ ਥੈਲੀ ਤੇ ਅਕਾਲ ਨਾਮ ਸ੍ਰੀ ਵਾਹਿਗੁਰੂ ਮੋਹਰਾ ਵਾਲੀ ਥੈਲੀ ਤੇ ਨਿਗਾਹ ਪਈ ਬਸ ਐਸੀ ਚਮਕ ਪਈ ਮੋਹਰਾਂ ਦੀ ਐਸੀ ਮਾਇਆ ਦੀ ਚਮਕ ਪਈ ਸਾਰਾ ਪਿਆਰ ਉੱਡ ਗਿਆ ਗੁਰੂ ਘਰ ਦੀ ਸ਼ਰਧਾ ਉੱਡ ਗਈ ਸਭ ਕੁਝ ਉੱਡ ਗਿਆ ਅੰਦਰ ਲਾਲਚ ਪਾਪੀ ਆ ਕੇ ਬਹਿ ਗਿਆ ਅਕਾਲ ਨਾਮ ਸ੍ਰੀ ਕਿਸੇ ਵਿਦਵਾਨ ਨੇ ਕਿਹਾ ਮਾਇਆ ਦਾ ਭਰਾ ਨੂੰ ਭਰਾ ਬਣਾ ਦਿੰਦੀ ਹੈ ਮਾਇਆ ਦਾ ਪਿਓ ਤੋਂ ਪੁੱਤ ਬਣਾ ਦਿੰਦੀ ਪੁੱਤ ਤੋਂ ਪਿਓ ਬਣਾ ਦਿੰਦੀ ਹੈ ਆਇਆ ਤੇ ਨਾ ਆਵੇ ਤੇ ਮਾਂ ਨੂੰ ਨੀਂਦ ਆਉਂਦੀ ਨਹੀਂ ਆਉਂਦੀ ਕਹਿੰਦੇ ਫਿਰ
ਨਾਮ ਸ੍ਰੀ ਇਹ ਬਚਨ ਮਾਂ ਨੇ ਕਿਉਂ ਕਿਹਾ ਜਾਈ ਨੂੰ ਕੰਡੇ ਲੱਗੇ ਆ? ਕਿਉਂਕਿ ਇਸ ਰਾਤ ਗੁਰੂ ਗੋਬਿੰਦ ਸਿੰਘ ਨੰਗੇ ਪੈਰੀ ਚੱਲ ਰਿਹਾ ਸੀ। ਜਿਹੜਾ ਕੰਡਾ ਗੁਰੂ ਗੋਬਿੰਦ ਸਿੰਘ ਦੇ ਪੈਰ ਚ ਲੱਗਦਾ ਉਹ ਕੰਡਾ ਮਾਂ ਜੀ ਦੇ ਦਿਲ ਚ ਜਾ ਕੇ ਲੱਗਦਾ। ਪਤਾ ਨੀ ਮੇਰੇ ਗੋਬਿੰਦ ਨੂੰ ਰੋਟੀ ਮਿਲੀ ਕਿ ਨਹੀਂ ਮਿਲੀ, ਪਤਾ ਨੀ ਮੇਰੇ ਗੋਬਿੰਦ ਨੇ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ। ਲਿਆਉਣਾ ਉੱਥੋਂ ਪੁਲਿਸ ਨੂੰ ਆਖਰ ਨਾਮ ਸ੍ਰੀ ਵਾਹਿਗੁਰੂ।
ਸੁਖੀ ਗੰਗੂ ਬ੍ਰਾਹਮਣਾਂ ਦੇ ਤਾਈ ਸਤਿਸੰਗਤ ਜੀ ਗੰਗੂ ਬ੍ਰਾਹਮਣ ਬਾਹਰੋਂ ਪੁੰਡਾ ਲਾ ਕੇ ਨਾ ਇਹਨੇ ਆਪਣੀ ਮਾਂ ਦੀ ਸੁਣੀ ਨਾ ਮਾਂ ਗੁਜਰੀ ਦੀ ਸੁਣੀ ਬਾਹਰੋਂ ਪੁੰਡਾ ਲਾ ਕੇ ਚਲਿਆ ਗਿਆ ਤੇ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਕਹਿੰਦਾ ਉਹ ਜਿਹਨੂੰ ਲੱਭਣ ਵਾਸਤੇ ਤੁਹਾਡੀਆਂ ਫੌਜਾਂ ਦੇ ਰਾਤ ਭੱਜੀਆਂ ਫਿਰਦੀਆਂ ਨਾ ਉਹਦੇ ਪੁੱਤਰ ਮੇਰੇ ਘਰੇ ਆਏ ਆ ਕਹਿੰਦੇ ਜਾਨੀ ਖਾਂ ਤੇ ਮਾਨੀ ਖਾਂ ਕਹਿੰਦੇ ਸੱਚੀ ਸੱਚੀ ਗੱਲ ਦੱਸ ਕੀ ਹੋਇਆ ਜੀ ਕਹਿੰਦਾ ਸਜੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ
ਕਿਸੇ ਨਾਲ ਆਇਆ ਸੀ ਸਰਹੰਦ ਮੁੜ ਕੇ ਤੇ ਕਿਸੇ ਨੇ ਖਬਰ ਦਿੱਤੀ ਮਜੀਦ ਖਾਨ ਤੇ ਆਪਣੀ ਖੁਸ਼ ਖਬਰੀ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਲੱਭਣ ਵਾਸਤੇ ਤੇਰੀਆਂ ਫੌਜਾਂ ਭੱਜੀਆਂ ਫਿਰਦੀਆਂ ਹੁਣ ਗੁਰੂ ਗੋਬਿੰਦ ਸਿੰਘ ਤੇਰੇ ਕੋਲ ਆ ਪਾਉਗਾ ਖਤਨਾਮ ਸ੍ਰੀ ਗੁਰੂ ਕਹਿੰਦੇ ਉਹ ਕਿਉਂ ਕਹਿੰਦੇ ਉਹ ਆ ਪਾਉਣਗੇ ਕਿਉਂਕਿ ਬੰਦੇ ਨੂੰ ਮਾਂ ਬੜੀ ਪਿਆਰੀ ਹੁੰਦੀ ਤੇ ਬੱਚੇ ਬੜੇ ਪਿਆਰੇ ਹੁੰਦੇ ਆ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਂ ਸਾਡੇ ਕਬਜ਼ੇ ਜਾ ਹੁਣ ਉਹਨਾਂ ਨੂੰ ਛਡਾਉਣ ਵਾਸਤੇ ਤੇਰੀਆਂ ਮਿੰਨਤਾਂ ਕਰੂ ਗੋਬਿੰਦ ਸਿੰਘ ਪਰ ਕੀ ਜਾਣੇ ਗੁਰੂ ਗੋਬਿੰਦ ਸਿੰਘ ਨੇ ਤਾਂ ਆਪ ਆਪਣੇ ਪੁੱਤ ਭੇਜੇ ਆ ਤੇਰੇ ਯਾਰ ਦੀ ਜੜਾ ਪੱਟਣ ਵਾਸਤੇ ਤੂੰ ਗੁਰੂ ਗੋਬਿੰਦ ਸਿੰਘ ਨੂੰ ਕੀ ਸਮਝਿਆ ਇਨਸਾਨ ਗੁਰੂ ਗੋਬਿੰਦ ਸਿੰਘ ਭਗਵਾਨ ਹੈ ਕਹਿੰਦੇ ਛੱਡੇ ਬੁਰਜ ਵਿੱਚ ਬੰਦ ਕੀਤਾ ਗਿਆ ਸਾਰੀ ਰਾਤ ਮਾਂ ਗੁਜਰੀ ਆਪਣੇ ਬੱਚਿਆਂ ਨੂੰ ਆਪਾਂ ਜਾਈਆਂ ਜਿਵੇਂ ਗੱਪਦੇ ਆ ਬੱਚਿਆਂ ਨੂੰ ਉੱਠ ਕੇ ਜੱਫੀਆਂ ਪਾ ਕੇ ਸੌਂਦੇ ਆ ਪਿਆਰਿਓ ਮਾਂ ਗੁਜਰੀ ਸਾਰੀ ਰਾਤ ਬੱਚਿਆਂ ਨੂੰ ਮਮਤਾ ਦਾ ਵਿਗ ਦਿੱਤੀ ਗਈ ਹੈ ਖਤਨਾਮ ਸ੍ਰੀ ਕੋਈ ਗਰਮ ਕੱਪੜਾ ਨਹੀਂ ਕੋਈ ਗਰਮ ਕੱਪੜਾ ਨਹੀਂ ਉੱਤੋਂ ਪੀਨਾ ਪੋਹ ਦਾ ਠੰਡ ਹੈ ਬਹੁਤ ਪੈਂਦੀ ਠੰਡੀ ਸੀਤ ਹੱਡਾਂ ਨੂੰ ਠਾਲਦੀ ਏ ਠੰਡੇ ਬੁਰਜ ਵਿੱਚ ਲੈ ਕੇ ਬੈਠੀ ਮਾਤਾ ਦੋਵੇਂ ਪੁੱਤ ਕਲਗੀ ਧਾਰਦੇ ਨੇ ਪੁੱਤ ਕਲਗੀ ਧਾਰਦਿਆਂ ਨੂੰ ਲੈ ਕੇ ਬੈਠੀ ਮਾਂ ਗੁਜਰੀ ਠੰਡੇ ਬੁਰਜ ਵਿੱਚ ਬੈਠੀ ਮਾਂ ਗੁਜਰੀ ਧੰਨ ਗੁਰੂ ਗੋਬਿੰਦ ਸਿੰਘ ਦੀ ਮਾਂ ਅਗਲਾ ਦਿਨ ਚੜਿਆ ਆਓ ਸਮਾਂ ਨਹੀਂ ਬੜਾ ਸੰਖੇਪ ਚ ਬੇਨਤੀ ਕਰਾਂ ਅਗਲਾ ਦਿਨ ਚੜਿਆ ਪਹਿਰੇਦਾਰ ਸਾਧ ਸੰਗਤ ਪੁਲਿਸ ਵਾਲੇ ਆਏ ਕਹਿੰਦੇ ਆ ਕੇ ਮਾਂ ਇਹਨਾਂ ਬੱਚਿਆਂ ਨੂੰ ਤਿਆਰ ਕਰ ਦੇ ਵਜੀਦ ਖਾਨ ਨੇ ਬੁਲਾਇਆ ਇਹਨਾਂ ਨੂੰ ਖਤਨਾਮ ਸ੍ਰੀ ਉਸ ਵੇਲੇ ਸਾਹਿਬਜ਼ਾਦੇ ਨੂੰ ਪੁੱਟ ਕੇ ਗਾਲਾਂ ਲਾ ਕੇ ਕਿਹਾ ਲਾਲੋ ਦੇਖਿਓ ਹੁਣ ਤੁਹਾਡੀ ਪ੍ਰੀਖਿਆ ਦੀ ਘੜੀ ਆ ਰਹੀ ਹੈ ਖਤਨਾਮ ਸ੍ਰੀ ਡੋਲ ਨਾ ਜਾਇਓ ਆਪਣੇ ਪਿਓ ਦਾਦੇ ਦੀ ਭਗਤ ਪੱਗ ਨੂੰ ਕਿਤੇ ਦਾਗ ਨਾ ਲਾ ਦਿਓ ਸਾਧ ਸੰਗਤ ਜੀ ਆਓ ਸਮਾਂ ਨਹੀਂ ਧਾਰਨਾ ਪੜ੍ਹ ਦਾ ਸਮਾਂ ਬੜਾ ਥੋੜਾ ਤੇ ਕਹਿੰਦੇ ਨੇ ਫਿਰ ਸਾਹਿਬਜ਼ਾਦੇ ਕਚਹਿਰੀ ਚ ਜਾਂਦੇ ਨੇ ਕਚਹਿਰੀ ਲੱਗੀ ਬੜਾ ਵਜੀਦ ਖਾਨ ਨੇ ਪਿਆਰ ਨਾਲ ਸਮਝਾਇਆ ਚਾਲਾਂ ਵੀ ਖੇਡੀਆਂ ਦਰਵਾਜ਼ੇ ਛੋਟੇ ਖੋਲੇ ਗਏ ਕਿ ਇਹ ਪਹਿਲਾਂ ਸਿਰ ਝੁਕਾਉਣਗੇ ਕਹਾਂਗੇ ਕਿ ਇਹਨਾਂ ਨੇ ਈਨ ਮੰਨ ਲਈ ਇਹਨਾਂ ਨੂੰ ਮੁਸਲਮਾਨ ਬਣਾ ਦਿਓ ਪਰ ਗੁਰੂ ਕੇ ਲਾਲਾ ਨੇ ਪਹਿਲਾਂ ਜੁੱਤੀਆਂ ਰੱਖੀਆਂ ਆਪਣੇ ਜੋੜੇ ਰੱਖੇ ਬੜਾ ਉਹਨੇ ਪਿਆਰ ਨਾਲ ਸਮਝਾਇਆ ਫਿਰ ਗੁੱਸੇ ਨਾਲ ਵੀ ਸਮਝਾਇਆ ਕਿਉਂਕਿ ਉਹ ਵੀ ਜਾਣਦਾ ਸੀ ਵੀ ਇੰਨਾ ਬੱਚਿਆਂ ਤੇ ਕਹਿਰ ਕਰਨਾ ਇਹ ਬੜਾ ਵੱਡਾ ਪਾਪ ਜਾਣਦਾ ਉਹ ਵੀ ਸੀ ਉਹਨੇ ਇੱਕਦਮ ਆਪਣੇ ਸ਼ੇਰ ਮੁਹੰਮਦ ਨੂੰ ਕਿਹਾ ਆ ਵੇਖ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇਰੇ ਸਾਹਮਣੇ ਖਲੋਤੇ ਹੀ ਤੇਰੇ ਭਰਾ ਨਾਰ ਖਾਨ ਨੂੰ ਗੁਰੂ ਗੋਬਿੰਦ ਨੇ ਚਮਕੌਰ ਦੀ ਗੜੀ ਚ ਤੀਰ ਮਾਰ ਕੇ ਮਾਰਿਆ ਹੀ ਤੂੰ ਇਹਨਾਂ ਬੱਚਿਆਂ ਨੂੰ ਆਪੋ ਆਪਣੇ ਭਰਾ ਦਾ ਬਦਲਾ ਲੈ ਲਾ ਉਹਨੇ ਕਿਹਾ ਗੱਲ ਸੁਣ ਤੂੰ ਮੈਨੂੰ ਕਹਿ ਸਮਝਿਆ ਤੂੰ ਮੈਨੂੰ ਕੀ ਗਲਾ ਸਮਝਿਆ ਹੀ ਉਹ ਮੈਂ ਗੁਰੂ ਗੋਬਿੰਦ ਸਿੰਘ ਨਾਲ ਵੈਰ ਗੁਰੂ ਗੋਬਿੰਦ ਸਿੰਘ ਮਿਲੂਗਾ ਉਹਨਾਂ ਤੋਂ ਹੱਥ ਕਰਾਂਗਾ ਆਪਣੇ ਭਰਾ ਦਾ ਬਦਲਾ ਲਵਾਂਗਾ ਪਰ ਇਹ ਨਹੀਂ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਵੈਰ ਇਹਨਾਂ ਬੱਚਿਆਂ ਤੋਂ ਕੱਢਾਂ ਅਫਰ ਮਹਾਂ ਸ੍ਰੀ ਵਾਹਿਗੁਰੂ ਇਹ ਗੋਬਿੰਦ ਸਿੰਘ ਨੇ ਦੋ ਪਲ ਨੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਫੜਿਆ ਜਾਂਦਾ ਇਹ ਗੋਬਿੰਦ ਸਿੰਘ ਸਾਹਿਬਜ਼ਾਦੇ ਮੁੜ ਕੇ ਮਾਤਾ ਜੀ ਮੁੜ ਭੇਜ ਦਿੱਤੇ ਗਏ ਉੱਥੇ ਫਿਰ ਮੋਤੀ
ਮਹਿਰੇ ਨੇ ਦੁੱਧ ਦੀ ਸੇਵਾ ਕੀਤੀ। ਮੈਂ ਕਹਿੰਦਾ ਧੰਨ ਸੀ ਉਹ ਮੋਤੀ ਮਹਿਰਾ ਜਿਹਨੇ ਆਪਣੀ ਜਾਨ ਬਲੀ ਤੇ ਟਿਕਾ ਕੇ ਸੇਵਾ ਕੀਤੀ, ਜਾਨ ਬਲੀ ਤੇ ਟਿਕਾ ਕੇ ਸੇਵਾ ਕੀਤੀ। ਤੇ ਕਹਿੰਦੇ ਨੇ ਮੋਤੀ ਮਹਿਨੇ ਦੁੱਧ ਪਿਆਇਆ ਤੇ ਪਿਆਰਿਓ ਦੂਜਾ ਦਿਨ ਫੇਰ ਕਚਹਿਰੀ ਲੱਗੀ। ਹੁਣ ਗੁੱਸੇ ਵਿੱਚ ਵਜੀਦ ਖਾਂ ਕਹਿੰਦਾ ਬੱਚਿਓ ਤੁਹਾਨੂੰ ਬੜਾ ਪਿਆਰ ਨਾਲ ਸਮਝਾ ਲਿਆ, ਤੁਸੀਂ ਪਿਆਰ ਨਾਲ ਸਮਝਦੇ ਨਹੀਂ। ਇਤਿਹਾਸ ਲਿਖਦਾ ਕਹਿੰਦੇ ਸਾਹਿਬਜ਼ਾਦਿਆਂ ਦੇ ਨੰਗੇ ਪਿੰਡਿਆਂ ਤੇ ਛੜੀਆਂ ਮਾਰੀਆਂ ਗਈਆਂ। ਕਈਆਂ ਨੇ ਤਾਂ ਇਹ ਵੀ ਲਿਖਿਆ, ਕਈਆਂ ਨੇ ਇਹ ਵੀ ਲਿਖਿਆ ਉਂਗਲਾਂ ਤੇ ਪੱਟੀਆਂ ਪਲੀਤੇ ਬੰਨ ਕੇ ਇਹਨਾਂ ਨੂੰ ਅੱਗਾਂ ਵੀ ਲਾਈਆਂ ਗਈਆਂ। ਖਤਨਾਮ ਸ੍ਰੀ ਵਾਹਿਗੁਰੂ। ਇਹਨਾਂ ਨੂੰ ਸੇਕ ਲੱਗੇਗਾ, ਪੋਟੇ ਸੜਨਗੇ, ਇਹ ਮੌਕੋਂ ਡਰਨਗੇ, ਪਰ ਗੁਰੂ ਕੇ ਲਾਲ ਨਾ ਡਰੇ। ਤੇ ਫਿਰ ਉਸ ਵੇਲੇ ਕਾਜੀ ਨੇ ਫਤਵਾ ਲਾਇਆ, ਇਹ ਬਾਗੀ ਨੇ ਇਹਨਾਂ ਨੂੰ ਸਰਕਾਰ ਦਾ ਡਰ ਨਹੀਂ, ਸਰਕਾਰ ਨੂੰ ਇਹਨਾਂ ਤੋਂ ਖਤਰਾ ਹੈ। ਤੇ ਫਿਰ ਫਤਵਾ ਲਾਇਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਏ, ਨੀਹਾਂ 'ਚ। ਅੱਜ ਮਾਂ ਗੁਜਰੀ ਕੋਲ ਫੇਰ ਲਾਲ ਆਏ, ਘੁੱਟ ਕੇ ਗਲ ਬੱਕਰੀ ਪਾ ਕੇ ਕਿਹਾ ਮਾਂ ਅਸੀਂ ਸੂਬੇ ਦੀ ਨੀਂਦ ਨਹੀਂ ਮੰਨੀ, ਮਾਂ ਅਸੀਂ ਤੇਰੇ ਬਚਨਾਂ ਦੇ ਫੁੱਲ ਚੜਾ ਆਏ ਆ, ਪਰ ਵਜ਼ੀਰ ਖਾਨ ਨੇ ਸਾਨੂੰ ਸਜਾਵਾਂ ਦਿੱਤੀਆਂ, ਕੱਲ ਤੇਰੇ ਬੱਚਿਆਂ ਨੂੰ ਨੀਹਾਂ 'ਚ ਚਿਣਿਆ ਜਾਣਾ। ਸਾਹ ਰੱਖ ਕੇ ਸੁੜੀਆਂ ਫੇਰੀਆਂ ਕਰਨਾ ਸ੍ਰੀ ਵਾਹਿਗੁਰੂ।
ਜੰਮੂ ਵਾਲਿਆਂ ਦੇ ਇਧਰ ਮਾਂ ਜੀ ਨੂੰ ਰਾਤ ਨੂੰ ਪਤਾ ਲੱਗਿਆ ਮੋਤੀ ਮਹਿਰਾ ਦੁੱਧ ਲੈ ਕੇ ਗਿਆ ਮਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਾਂ ਕਹਿੰਦੀ ਪੁੱਤਰ ਅੱਜ ਮੇਰੇ ਲਾਲ ਨਹੀਂ ਆਏ ਜੁਰਮ ਰਾਜ ਦੀਆਂ ਜੜ੍ਹਾਂ ਅੱਜ ਹਿੰਦੁਸਤਾਨ ਤੋਂ ਪੜ ਉੱਠੀਆਂ ਮੇਰੇ ਬੱਚਿਆਂ ਨੇ ਸਤਨਾਮ
Thank you.
ਸਾਨੂੰ ਸਦਾ ਲਈ
ਬਣੀਏ, ਗੁਰੂ ਵਾਲੇ ਬਣੀਏ, ਐਸੇ ਸਮਾਗਮ ਵੱਧ ਤੋਂ ਵੱਧ ਕਰਾਈਏ ਤਾਂ ਕਿ ਨੌਜਵਾਨ ਪੀੜ੍ਹੀ ਨੂੰ, ਬੱਚਿਆਂ ਨੂੰ ਪਤਾ ਲੱਗੇ ਕਿ ਉਹ ਸਾਹਿਬਜ਼ਾਦਿਆਂ ਨੇ ਕਿਵੇਂ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ, ਕਿਵੇਂ ਉਹਨਾਂ ਨੇ ਦੇਸ਼ ਕੌਮ ਨੂੰ ਆਜ਼ਾਦ ਕਰਨ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਸੋ ਸਾਰੀ ਸੰਗਤ ਦਾ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਾਹਿਬਾਨ ਮੇਰੇ ਵੀਰ ਦਾ, ਜਿਹਦਾ ਬੜਾ ਵੱਡਾ ਉਪਰਾਲਾ ਬੱਚਿਆਂ ਨੂੰ ਪਾਠ ਸਿਖਾਉਣਾ, ਇਧਰਲੇ ਪਾਸੇ ਲਾਉਣਾ। ਐਸੇ ਗ੍ਰੰਥੀ, ਸਾਧਨ ਗ੍ਰੰਥੀ ਤਾਂ ਬਹੁਤ ਮਿਲ ਜਾਣਗੇ ਜਿਹੜੇ ਸਵੇਰੇ ਸ਼ਾਮੀ ਬਾਬ ਜਪਜੀ ਸਾਹਿਬ ਪੜ੍ਹ ਕੇ ਨਿਤਨੇਮ ਕਰਕੇ ਆਪਣੀ ਡਿਊਟੀ ਖਤਮ। ਪਰ ਐਸੇ ਵਿਰਲੇ ਨੇ ਜਿਨ੍ਹਾਂ ਦੇ ਅੰਦਰ ਦਰਦ ਹੈ ਕਿ ਹੋਰ ਬੱਚੇ ਵੀ ਬਾਣੀ ਪੜ੍ਹਨਾ ਖਤਮਾ ਹਾਂ। ਸੋ ਮਹਾਨ ਪਰਉਪਕਾਰ ਇਹ ਵੀ ਕਰ ਰਹੇ ਆ, ਗੁਰੂ ਕਿਰਪਾ ਕਰੇ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਨੂੰ ਪ੍ਰਵਾਨ ਕਰੇ। ਅਮਰ ਛਕੋ ਗੁਰੂ ਵਾਲੇ ਬਣੋ ਤਾਂ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਗਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬਿਆਂ ਵੀ ਭੁੱਲਾਂ ਹੋ ਗਈਆਂ, ਦਿਓ ਮਾਫ਼ੀ ਦਾ ਸਬੂਤ ਬੁਲਾਓ ਜੀ ਫਤਿਹ। ਸੇਵਾਵਾਂ ਪਾਉਣੀਆਂ ਆਪ ਜੀਆਂ ਦੇ ਚਰਨਾਂ
ਸਾਹਿਬ ਵਿੱਚ ਮਹਾਰਾਜ ਜੀ ਆਪ ਦਿੱਤੀ ਹੋਈਆਂ ਦਾਤਾਂ ਗੁਰਤੀਆਂ ਦੇ ਗਾਹ ਹਾਜ਼ਰ ਹਨ। ਅਨੇਕ ਪ੍ਰਕਾਰ ਭੋਜਨ ਬਹੁ ਪੀਏ ਬਹੁ ਵਿੰਜਨ ਵਿਸ਼ਤਾਏ ਕਰੀ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਭ ਭੋਗਰ ਰਾਏ ਸਤਿਗੁਰੂ ਜੀ ਆਪ ਜੀ ਭੋਗਲਾ ਗੁਰੂ ਕੇ ਲੰਗਰ ਹਾਜ਼ਰ ਹਨ। ਆਪ ਜੀਆਂ ਦੇ ਰਸਨੀ ਲਾਇਕ ਹੋਵੇ ਜੋ ਜੀ ਸਕੇ। ਸੋ ਆਪ ਜੀ ਦਾ ਸਵਾਸ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ। ਇਸ ਵੇਲੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਜੀ। ਸਭ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਿਲ ਪੁਰ ਘਟਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਦੀਆਂ ਜਿਸ ਭਾਵਨਾ ਨੂੰ ਮਾਤ ਕਾਮਨਾ ਮਨ ਮੁੱਖ ਰੱਖ ਕੇ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਾਸਤੇ ਸਮਾਗਮਾਂ ਵਾਸਤੇ ਮਾਇਆ ਭੇਜੀ ਤਨ ਕਰਕੇ ਸੇਵਾਵਾਂ ਕੀਤੀਆਂ। ਸਭ ਦੀਆਂ ਸੇਵਾਵਾਂ ਥਾਇ ਪਾਉਣੀਆਂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀਆਂ। ਸਭ ਨੂੰ ਦਿਨ ਦੁੱਗਣੀ ਰਾਤ ਚੁੱਕਣੀ ਤਰੱਕੀ ਬਖਸ਼ਿਸ਼ ਕਰਨੀ। ਆਪ ਜੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਜੀ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਦੋਹਰਾ ਗਿਆ ਭਈਏ ਸਭ ਮਿਲੇਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਜੋੜਿਆ ਕਰੇ ਗੁਰ ਕਲ ਗੀਤਾਰ ਸੋ ਹਮਾਰੀ ਰਚਿਆ ਕਰੇ ਗੁਰ ਕਲ ਗੀਤਾਰ ਜਗ ਸੋ
ਕੁਲਵਿੰਦਰ ਸਿੰਘ ਪ੍ਰਧਾਨ ਬੈਂਕ ਮੰਡਾਲ ਅਹਿਮਦ 500 ਰੁਪਇਆ ਸੇਵਾ ਭੇਜੀ, ਉਹ ਵੀ ਸਰੂਪਾ ਲੈ ਜਾਓ। ਬੋਲਣ ਤੋਂ ਰਹਿ ਗਿਆ ਹੋਵੇ ਤਾਂ ਉਹ ਵੀ ਦੱਸ ਕੇ ਸਰੂਪਾ ਲੈ ਸਕਦਾ ਆ। ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਾਰੀਆਂ ਸੰਗਤਾਂ ਨੇ ਪਹਿਲਾਂ ਦੇਗ ਵਰਤਾਈ ਜਾਊਗੀ, ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਪਾਂ ਅੰਦਰ ਲੈ ਕੇ ਜਾਵਾਂਗੇ ਬਾਬੇ ਸੱਚਖੰਡ 'ਚ, ਬਾਅਦ 'ਚ ਗੁਰੂ ਕੇ ਲੰਗਰ ਛੱਕ ਕੇ ਜਾਣਾ। ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੀ ਉਹਨਾਂ ਵੱਲੋਂ ਬਾਬਿਆਂ ਦਾ ਸਨਮਾਨ ਕੀਤਾ ਗਿਆ, ਬਾਬਾ ਕੁਲਦੀਪ ਸਿੰਘ ਜੀ ਦਾ, ਉਹਨਾਂ ਨੂੰ ਬੇਨਤੀ ਹੋ ਵੀ ਆਪਣਾ ਸਰੂਪਾ ਕਰੋ। ਉਹ ਪੁੱਛਿਆ ਲੱਭੂ ਮੈਂ ਕਿਹਾ।